ਸਹੀ ਇੱਥੇ 500 ਬੰਦਾ ਕੰਮ ਕਰਦਾ ਸੀ ਐਸ ਵੇਲੇ 10 ਘਰ ਕੰਮ ਕਰਦੇ ਆ ਕੰਮ ਘਟਦਾ ਹੀ ਨਜ਼ਰ ਆ ਰਿਹਾ ਦੋ ਰੁਪਈਆਂ ਦਾ ਡੇਢ ਰੁਪਈਏ ਦਾ ਕੰਮ ਕਰਨਾ ਸਾਡੇ ਬਾਪ ਨੇ ਅਤੇ ਗੁਜ਼ਾਰਾ ਇਸ ਟਾਈਮ 'ਤੇ ਅਸੀਂ ਸਾਰਾ ਪਰਿਵਾਰ ਲੱਗੇ ਦੇ ਹਾਂ ਅਤੇ ਗੁਜ਼ਾਰਾ ਨਹੀਂ ਹੁੰਦਾ ਪੰਦਰਾਂ ਦਿਨ ਹੋ ਗਿਆ ਕੋਈ ਕਾਰੋਬਾਰ ਨਹੀਂ ਸਾਨੂੰ ਦਿਹਾੜੀ 300 ਰੁਪਈਏ ਪੈਂਦੀ ਆ ਅੱਬਲ ਤਾਂ ਅਸੀਂ 300 ਵੀ ਥੱਲੇ ਰਹਿ ਜਾਂਦੇ ਜਦੋਂ ਸਾਨੂੰ ਛੁੱਟੀਆਂ ਪੈਂਦੀਆਂ ਸਿਰ ਮੂੰਹ ਕਾਲਾ ਹਰ ਵੇਲੇ 24 ਘੰਟੇ ਸਿਰ ਮੂੰਹ ਕਾਲਾ ਪੰਜ ਵਜੇ ਲੱਗਣਾ ਰਾਤ ਨੂੰ ਸਾਨੂੰ ਇਹ ਨਹੀਂ ਪਤਾ 9 ਵਜਨੇ 10 ਵਜਨੇ ਆ ਤੇ ਜੇ ਕੰਮ ਮੁੱਕ ਗਿਆ ਤਾਂ ਠੀਕ ਨਾ ਮੁੱਕਾ ਫਿਰ ਦੂਜੇ ਦਿਨ ਸ਼ਾਹੂਕਾਰਾਂ ਨੇ ਸਾਡਾ ਜਿਹੜਾ ਧੰਦਾ ਸੀ ਆਪਣਾ ਧੰਦਾ ਸੀਗਾ ਉਹ ਸਾਰਾ ਖੋਹ ਕੇ ਆਪਣੇ ਜੇ ਵੱਡੇ ਲੋਕ ਐਡ ਮਾਰਦੇ ਮਾਸਟਰ ਉਹ ਹੀ ਕਾਫ ਹੋ ਜਾਂਦੇ ਨਾ ਸਾਡੇ ਪਹੁੰਚਦੇ ਜੀ ਯਾਰ ਜਿਹੜੇ ਮਜ਼ਦੂਰ ਆ ਬੇਕਾਰ ਹੋ ਗਏ ਪਹਿਲੋ ਕੰਮ ਇੰਨਾ ਸੀ ਉਦੋਂ ਸਟੀਲ ਕੋਈ ਨਹੀਂ ਸਿਲਵਰ ਕੋਈ ਨਹੀਂ ਤੁਹਾਡਾ ਕੋਈ ਵੀ ਨਹੀਂ ਖਰੀਦਦਾ ਸਿਲਵਰ ਤੇ ਸਟੀਲ ਖਰੀਦਦੇ ਆ ਮੈਨੂੰ ਸੁਣਾਈ ਨਹੀਂ ਹੁੰਦਾ ਇਲਾਜ ਵਾਸਤੇ ਦੂਜਿਆ ਉਹਨਾਂ ਨੇ ਆਖਿਆ ਮਸ਼ੀਨ ਲਵਾਂ ਮੈਂ ਕਿਹਾ ਨਹੀਂ ਲਵਾਉਣੀ ਜਿਹੜੇ ਹੱਥ ਖਾਦੇ ਆ ਖਰਾਬ ਹੋ ਪਾੜ ਜਾਂਦੇ ਆ ਫਿਰ ਕੰਮ ਕਰਨਾ ਸਾਡਾ ਬਹੁਤ ਮੁਸ਼ਕਲ ਹੋ ਜਾਂਦਾ ਥੋੜਾ ਮਾਰਨ ਨਾਲ ਦੇ ਘਰ ਬੱਚਾ ਵਿਆਹ ਨਾਲ ਆਵੇ ਉਹਦੇ ਘਰ ਰਿਸ਼ਤਾ ਕਰਨ ਨਹੀਂ ਦਿੰਦੇ ਉਹ ਕਹਿੰਦੇ ਥੋੜਾ ਮਾਰਦੇ ਆ ਕਦੇ ਢਲਾਈ ਦਾ ਕੰਮ ਮੋਤੀਆ ਪਿੰਡ ਦਾ ਵਿੱਚ ਪੈਂਦਾ ਕਿਸੇ ਰੁਹਾਰ ਦਾ ਵਿੱਚ ਪੈਂਦਾ ਜੇ ਅਸੀਂ ਥੋੜ੍ਹਾ ਬਹੁਤਾ ਆਪਣਾ ਕੋਈ ਕਾਰੋਬਾਰ ਮਾੜਾ ਜਿਹਾ ਕਰਦੇ ਵੀ ਹਾਂ ਜਿਹੜੇ ਸ਼ਾਹੂਕਾਰ ਆ ਉਹ ਤੰਗ ਕਰਦੇ ਆ ਸਾਨੂੰ ਤਾਂ ਇਹੋ ਜਿਹਾ ਸਾਨੂੰ ਅਸੀਂ ਆਪ ਬਣਾ ਕੇ ਵੇਚੀਏ ਜੇ ਆਪਣਾ ਮਾਲ ਆਪ ਬਣਾ ਕੇ ਵੇਚੀਏ ਤਾਂ ਸਾਨੂੰ ਲਾਭ ਹੋਵੇ ਇਸ ਕੰਮ ਦਾ ਕੋਈ ਹੱਲ ਨਹੀਂ ਠਠਿਆਲ ਦਾ ਕੋਈ ਹੱਲ ਨਹੀਂ ਸਾਡੇ ਬੱਚੇ ਕੰਮ 'ਤੇ ਪੈਰਾਂ ਨਹੀਂ ਚੁੱਕਦੇ
ਜਿਹੜੇ ਪੁਰਾਣੇ ਬੰਦੇ ਉਹ ਹੀ ਕਰ ਰਹੇ ਆ, ਕਹਿੰਦਾ ਜੇ ਕਰ ਲੈ ਮੈਂ ਤਾਂ 10 ਸਾਲ ਕਰ ਲੈਂਗੇ, ਕਹਿੰਦਾ ਜੇ ਕੰਮ ਵੀ ਖਤਮ ਹੋ ਜਾਣਾ। ਕਾਰਖਾਨ ਨੂੰ ਲਾਇਆ, ਪਾਉਣ ਨੂੰ ਕੱਪੜਾ ਲਾਇਆ, ਪਰਿਵਾਰ ਨੇ ਤਾਂ ਆਪੇ ਬੇਕਾਰ ਹੋਣਾ।